ਜੀ ਅਸਲਾਮੁਅਲੈਕੁਮ, ਮੈਂ ਸਭ ਲਾਹੌਰੀਆ ਫੈਬਰੀਕੇਟਰਸ। ਅੱਜ ਹੀ ਤੁਹਾਡੇ ਲੈ ਕੇ ਆਏ ਇੱਕ ਫੂਡ ਕਾਰਡ ਅਵਾਰਾ ਪਟੈਟੋ, ਜਿੰਦਾ ਕਿ ਰੋਡ ਡਰਾਈਵ ਕਰਨਾ ਸੀ, ਦੋ ਵੀਲ ਵਾਲਾ। ਠੀਕ ਹੈ ਜੀ, ਤੁਸੀਂ ਚੈੱਕ ਕਰ ਸਕਦੇ ਹੋ, ਬੜਾ ਜ਼ਬਰਦਸਤ ਅਤੇ ਮਜ਼ਬੂਤ ਬਣਿਆ ਹੋਇਆ, ਅਤੇ ਰੋਡ ਡਰਾਈਵ ਤੁਹਾਨੂੰ ਦਿਖਾਵਾਂਗੇ। ਅਤੇ ਰੋਡ ਦੇ ਉੱਤੇ ਜਿਹੜਾ ਉਹ ਤੁਹਾਨੂੰ ਚੈੱਕ ਕਰਵਾਉਣਾ ਹੈਗਾ ਸੀ ਕਿ ਅੱਜ ਇਹਨੂੰ ਤਕਰੀਬਨ ਕੋਈ 7-8 ਕਿਲੋਮੀਟਰ ਦੂਰ ਲੈ ਕੇ ਜਾਣਾ ਸੀ, ਅਤੇ ਇਹ ਤੁਸੀਂ ਚੈੱਕ ਕਰ ਸਕਦੇ ਹੋ, ਫਿਟਿੰਗ ਜਿਹੜੀ ਹੈ ਬੜੀ ਮਜ਼ਬੂਤ ਅਤੇ ਪਾਏਦਾਰ ਬਣਿਆ ਹੋਇਆ। ਠੀਕ ਹੈ ਜੀ, ਉਹ ਕੁਝ ਦੋਸਤ ਕਹਿੰਦੇ ਨੇ ਜੀ ਕਿ ਤੁਸੀਂ ਰੋਡ ਡਰਾਈਵ ਦੀ ਜਿਹੜੀ ਨਾ ਉਹ ਕੋਈ ਵੀਡੀਓ, ਅੱਜ ਅਸੀਂ ਤੁਹਾਨੂੰ ਡਰਾਈਵ ਦੀ ਜਿਹੜੀ ਨਾ ਉਹ ਵੀਡੀਓ ਦਿਖਾ ਰਹੇ ਹਾਂ, ਜਿਹਦੇ ਵਿੱਚ ਅਸੀਂ ਰਸ਼ ਵਾਲੀਆਂ ਜਗ੍ਹਾ ਦੇ ਉੱਤੋਂ ਵੀ ਲਗਾਵਾਂਗੇ, ਫਿਰ ਗਲੀ ਮੁਹੱਲਿਆਂ ਦੇ ਵਿੱਚ ਵੀ ਜਾਂਦਾ ਹੋਇਆ ਤੁਹਾਨੂੰ ਦਿਖਾਵਾਂਗੇ। ਠੀਕ ਹੈ ਜੀ, ਇਹ ਤੁਸੀਂ ਦੇਖ ਸਕਦੇ ਹੋ ਜੀ, ਇਹ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਹਨੂੰ ਲਿੱਦੜ ਬੇਦੀਆਂ ਰੋਡ ਤੋਂ ਨਿਕਾਲ ਕੇ ਅਤੇ ਅਸੀਂ ਇਹਨੂੰ ਪੱਠੇ ਚੌਂਕ ਦੀ ਤਰਫ ਲੈ ਕੇ ਜਾਣਾ। ਪੱਠੇ ਚੌਂਕ ਤੋਂ ਅੱਗੇ ਨਾਦਰਾਬਾਦ, ਅਤੇ ਨਾਦਰਾਬਾਦ 2 ਨੰਬਰ ਗਲੀ ਦੇ ਵਿੱਚ ਜਿਹੜਾ ਨਾ ਇਹਨੂੰ ਲੈ ਕੇ ਜਾਣਾ। ਠੀਕ ਹੈ, ਅਤੇ ਇਸੇ ਦੌਰਾਨ ਅਸੀਂ ਤੁਹਾਨੂੰ ਰੋਡ ਡਰਾਈਵ ਦੇ ਵਿੱਚ ਗਲੀਆਂ ਮੁਹੱਲੇ, ਮੇਨ ਰੋਡ, ਰਸ਼ ਵਗੈਰਾ ਵਾਲੀਆਂ ਜਗ੍ਹਾ ਅਤੇ ਰਿੰਗ ਰੋਡ ਦੇ ਨਾਲ ਨਾਲ ਹਰ ਜਗ੍ਹਾ ਤੋਂ ਉੱਤੇ ਇਹਦੀ ਡਰਾਈਵ ਜਿਹੜੀ ਉਹ ਤੁਹਾਨੂੰ ਦਿਖਾਉਣ ਵਾਲੇ ਹਾਂ, ਅਤੇ ਤੁਸੀਂ ਸਾਡੇ ਨਾਲ ਰਹਿਣਾ ਤਾਂ ਕਿ ਤੁਹਾਨੂੰ ਹਰ ਜਗ੍ਹਾ ਤੋਂ ਦਿਖਾਈਏ। ਇਹ ਤੁਸੀਂ ਦੇਖ ਸਕਦੇ ਹੋ, ਇਸ ਟਾਈਮ ਇਹ ਮੇਨ ਰੋਡ ਦੇ ਉੱਤੇ, ਵੱਡੇ ਰੋਡ ਦੇ ਉੱਤੇ ਜਿਹੜਾ ਨਾ ਉਹ ਫੇਸ 6 ਦੀ ਤਰਫ ਜਾ ਰਹੇ ਸੀ। ਫੇਸ 6 ਅਤੇ ਫੇਸ 5 ਦਾ ਜਿਹੜਾ ਨਵਾਜ਼ ਸ਼ਰੀਫ ਇੰਟਰਚੇਂਜ ਹੈ ਉੱਧਰੋਂ ਗੁਜ਼ਰ ਰਿਹਾ। ਠੀਕ ਹੈ ਜੀ, ਇਹ ਤੁਸੀਂ ਦੇਖ ਸਕਦੇ ਹੋ, ਅਤੇ ਇਹ ਰੋਡ ਡਰਾਈਵ ਦੇ ਉੱਤੇ ਜਾ ਰਿਹਾ ਆ। ਠੀਕ ਹੈ ਜੀ, ਇਹ ਦੇਖ ਸਕਦੇ ਹੋ। ਠੀਕ ਹੈ ਜੀ, ਰਿੰਗ ਰੋਡ ਦੀ ਤਰਫ ਜਿਹੜਾ ਨਾ ਰਿੰਗ ਰੋਡ ਨਵਾਜ਼ ਸ਼ਰੀਫ ਇੰਟਰਚੇਂਜ ਉਸ ਤਰਫ ਹੋਇਆ ਜਾ ਰਿਹਾ, ਅਤੇ ਇਹ ਬੜਾ ਹੀ ਆਸਾਨੀ ਦੇ ਨਾਲ ਬੜਾ ਈਜ਼ੀਲੀ ਟੋਕ ਹੁੰਦਾ ਆ, ਤੁਸੀਂ ਦੇਖ ਸਕਦੇ ਹੋ। ਠੀਕ ਹੈ ਜੀ, ਹੈਲਮਟ ਬਹੁਤ ਜ਼ਰੂਰੀ ਹੈ, ਹੈਲਮਟ ਜਿਹੜਾ ਨਾ ਉਹ ਲਾਜ਼ਮੀ ਹੈ, ਕਿਉਂਕਿ ਹੈਲਮਟ ਸੇਫਟੀ ਹੈ, ਅਤੇ ਇੱਕ ਜਿਹੜਾ ਉਹ ਇੱਕ ਲਾਇਸੈਂਸ ਵੀ ਹੈ ਹੈਲਮਟ। ਠੀਕ ਹੈ ਜੀ, ਬਹੁਤ ਜ਼ਰੂਰੀ ਹੈਲਮਟ ਹੁੰਦਾ, ਹੈਲਮਟ ਤੁਸੀਂ ਨਾਲ ਰੱਖਣਾ ਹਮੇਸ਼ਾ ਬਾਈਕ ਦੇ ਨਾਲ ਜਦੋਂ ਤੁਸੀਂ ਫੂਡ ਕਾਰਟ ਚਲਾਓ ਜਾਂ ਬਾਈਕ ਚਲਾਓ। ਠੀਕ ਹੈ ਜੀ, ਅਤੇ ਤੁਸੀਂ ਦੇਖ ਸਕਦੇ ਹੋ ਇਹ ਹੁਣ ਬਿਲਕੁਲ ਅਸੀਂ ਨਵਾਜ਼ ਸ਼ਰੀਫ ਇੰਟਰਚੇਂਜ ਦੇ ਕਰੀਬ ਆ ਚੁੱਕੇ ਹਾਂ, ਅਤੇ ਪੱਠੇ ਚੌਂਕ ਨੂੰ ਸਾਡਾ ਜਿਹੜਾ ਨਾ ਉਹ ਫੇਸ ਹੈ ਕਿ ਪੱਠੇ ਚੌਂਕ ਨੂੰ ਅਸੀਂ ਜਾ ਰਹੇ ਹਾਂ। ਠੀਕ ਹੈ ਜੀ, ਤੁਸੀਂ ਦੇਖ ਸਕਦੇ ਹੋ ਸਾਹਮਣੇ ਸਾਡੇ ਜਿਹੜਾ ਨਾ ਨਵਾਜ਼ ਸ਼ਰੀਫ ਇੰਟਰਚੇਂਜ ਆ ਗਿਆ। ਇਹਦੇ ਤੋਂ ਗੁਜ਼ਰਦੇ ਹੋਏ ਅਸੀਂ ਪੱਠੇ ਚੌਂਕ ਦੀ ਤਰਫ ਜਾਣਾ, ਲੇਕਿਨ ਅਸੀਂ ਜਾਵਾਂਗੇ ਅਸੀਂ ਰਿੰਗ ਰੋਡ ਦੀ ਤਰਫੋਂ। ਠੀਕ ਹੈ ਜੀ, ਰਿੰਗ ਰੋਡ ਦੇ ਨਾਲ ਨਾਲ ਅਸੀਂ ਡਰਾਈਵ ਚੈੱਕ ਕਰ ਰਹੇ, ਫੇਸ 5 ਅਤੇ ਫੇਸ 6 DHA ਦੇ ਗੁਜ਼ਰਦਾ ਹੋਇਆ ਜਿਹੜਾ ਨਾ ਉਹ ਜਾ ਰਿਹਾ। ਠੀਕ ਹੈ ਜੀ, ਤੁਸੀਂ ਇਹਦੀ ਜਿਹੜੀ ਉਹ ਦੇਖ ਸਕਦੇ ਹੋ ਕਿ ਬੜਾ ਆਸਾਨੀ ਦੇ ਨਾਲ ਅਸੀਂ ਇਹਨੂੰ ਬਾਈਕ ਦੇ ਨਾਲ ਟੋ ਕਰ ਸਕਦੇ ਹਾਂ, ਅਤੇ ਬੜਾ ਆਸਾਨੀ ਦੇ ਨਾਲ ਇਹ ਜਾ ਰਿਹਾ। ਠੀਕ ਹੈ ਜੀ, ਸਮੂਥਲੀ ਜਾ ਰਿਹਾ, ਅਤੇ ਮੇਰਾ ਖਿਆਲ ਸਪੀਡ ਵੀ ਤਕਰੀਬਨ ਕੋਈ 30-40 ਦੀ ਸਪੀਡ 'ਤੇ ਆਰਾਮ ਨਾਲ ਤੁਸੀਂ ਚਲਾ ਸਕਦੇ ਹੋ। ਠੀਕ ਹੈ, ਇਸ ਤੋਂ ਜ਼ਿਆਦਾ ਸਪੀਡ ਓਵਰ ਸਪੀਡ ਦੇ ਵਿੱਚ ਚਲਾਉਣ ਦਾ ਜਿਹੜਾ ਨਾ ਉਹ ਕੋਈ ਫਾਇਦਾ ਨਹੀਂ ਹੈ, ਅਤੇ ਓਵਰ ਸਪੀਡ 'ਚ ਚਲਾਉਣਾ ਵੀ ਨਹੀਂ ਚਾਹੀਦਾ। ਠੀਕ ਹੈ ਜੀ, 20 ਦੀ ਸਪੀਡ, 30 ਦੀ ਸਪੀਡ ਬਹੁਤ ਆਸਾਨੀ ਦੇ ਨਾਲ ਤੁਸੀਂ ਚਲਾ ਸਕਦੇ ਹੋ। ਠੀਕ ਹੈ ਜੀ, ਅਤੇ ਅਸੀਂ ਦੇਖ ਸਕਦੇ ਹੋ ਰਿੰਗ ਰੋਡ ਦੇ ਨਾਲ ਨਾਲ ਹੁਣ ਅਸੀਂ ਜਿਹੜਾ ਨਾ ਉਹ ਇਹਨੂੰ ਪੱਠੇ ਚੌਂਕ ਦੀ ਤਰਫ ਲੈ ਕੇ ਜਾ ਰਹੇ ਹਾਂ, ਕਿਉਂਕਿ ਜਿਹੜਾ ਮੇਨ ਰੋਡ ਹੈ ਨਾ ਇਹ ਤੁਸੀਂ ਦੇਖ ਸਕਦੇ ਹੋ, ਅਸੀਂ ਹੁਣ ਨਾਦਰਾਬਾਦ ਦੇ ਅੰਦਰ ਆ ਗਏ ਗਲੀਆਂ ਮੁਹੱਲਿਆਂ ਦੇ ਅੰਦਰ। ਠੀਕ ਹੈ ਜੀ, ਅਸੀਂ ਦੇਖ ਸਕਦੇ ਹੋ ਗਲੀ ਮੁਹੱਲਿਆਂ ਦੇ ਅੰਦਰ ਵੀ ਬੜਾ ਈਜ਼ੀਲੀ ਚੱਲ ਰਿਹਾ। ਠੀਕ ਹੈ ਜੀ, ਇਹ ਤੁਸੀਂ ਚੈੱਕ ਕਰੋ, ਅਤੇ ਇਹ ਤੁਸੀਂ ਦੇਖ ਰਹੇ ਹੋ ਕਿ ਹਰ ਤਰਫ ਜਿਹੜਾ ਨਾ ਉਹ ਇਹਨੂੰ ਤੁਹਾਨੂੰ ਦਿਖਾ ਰਹੇ ਕਿ ਕਿਸ ਤਰ੍ਹਾਂ ਦਾ ਯਾਨੀ ਕਿ ਜਾਂਦਾ ਰਿਜ਼ਲਟ ਹੈ, ਅਤੇ ਕਿਸ ਤਰ੍ਹਾਂ ਇਹਨੂੰ ਡਰਾਈਵ ਕਰ ਰਹੇ ਸੀ। ਠੀਕ ਹੈ ਜੀ, ਬੜਾ ਸਮੂਥਲੀ ਗਲੀ ਮੁਹੱਲਿਆਂ ਦੇ ਵਿੱਚੋਂ ਵੀ ਸਪੀਡ ਬ੍ਰੇਕਰਾਂ ਦੇ ਉੱਤੋਂ ਗੁਜ਼ਰਦਾ ਹੋਇਆ ਟ੍ਰੈਫਿਕ ਨੂੰ ਦੇਖਦੇ ਹੋਏ, ਕੋਈ ਇਹਦੇ 'ਤੇ ਉਹ ਨਹੀਂ ਹੈਗਾ ਕਿ ਬਹੁਤ ਚੌੜਾ ਜਾਂ ਬਹੁਤ ਜ਼ਿਆਦਾ ਖਿਚਾਓ ਹੈ, ਬੜੀ ਆਸਾਨੀ ਦੇ ਨਾਲ ਜਿਹੜਾ ਨਾ ਉਹ ਚੱਲ ਰਿਹਾ। ਤੁਸੀਂ ਦੇਖ ਸਕਦੇ ਹੋ ਸਪੀਡ ਬ੍ਰੇਕਰ ਦੇ ਉੱਤੋਂ ਗੁਜ਼ਾਰਿਆ ਬੜੇ ਆਰਾਮ ਨਾਲ। ਠੀਕ ਹੈ ਜੀ, ਇਹ ਗਲੀਆਂ ਮੁਹੱਲਿਆਂ ਦੇ ਵਿੱਚ ਅਗਰ ਤੁਹਾਨੂੰ ਕਿਤੇ ਵੀ ਫੂਡ ਕਾਰਡ ਲਈ ਤੁਹਾਨੂੰ ਮਿਲਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਬਣਵਾ ਲਓ, ਅਤੇ ਅਗਰ ਤੁਹਾਨੂੰ ਕਿਸੇ ਜਗ੍ਹਾ 'ਤੇ ਫੂਡ ਪੁਆਇੰਟ ਦਾ ਮਿਲ ਜਾਵੇ ਕਿ ਜੀ ਤੁਸੀਂ ਸੈਮੀਨਾਰ ਹੈਗਾ ਤੁਸੀਂ ਉੱਥੇ ਸਾਡੇ ਕੋਲ ਆ ਕੇ ਫੂਡ ਪੁਆਇੰਟ ਲਗਾ ਸਕਦੇ ਹੋ, ਅਤੇ ਤੁਸੀਂ ਆਪਣੀ ਵੀ ਬਾਈਕ ਦੇ ਨਾਲ ਟੋ ਕਰਕੇ ਅਤੇ ਇਹਨੂੰ ਲੈ ਕੇ ਜਾ ਸਕਦੇ ਹੋ। ਠੀਕ ਹੈ ਜੀ, ਇਹ ਦੇਖੋ ਤੁਸੀਂ ਬੜੀ ਆਸਾਨੀ ਦੇ ਨਾਲ ਬਾਈਕ ਤੋਂ ਨਾਦਰਾਬਾਦ 2 ਨੰਬਰ ਗਲੀ 'ਚ ਲੈ ਆਏ ਅਸੀਂ। ਠੀਕ ਹੈ ਜੀ, ਅਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਸ਼ੋਪ ਦੇ ਅੰਦਰ ਇਸ ਟਾਈਮ ਅਸੀਂ ਇਹ ਖੜਾ ਕਰਨਾ, ਪਹਿਲੇ ਵੀ ਇਹਦੀ ਇੱਕ ਵੀਡੀਓ ਬਣੀ ਹੋਈ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ, ਅਤੇ ਹੁਣ ਇਹ ਸ਼ੋਪ ਦੇ ਉੱਤੇ ਜਿਹੜਾ ਨਾ ਉਹ ਇਸ ਤਰ੍ਹਾਂ ਖੜਾ ਹੋ ਰਿਹਾ। ਠੀਕ ਹੈ ਜੀ, ਬਹੁਤ ਸ਼ੁਕਰੀਆ, ਲਾਈਕ ਸਬਸਕ੍ਰਾਈਬ ਕਰਦੇ ਰਹਿਣਾ ਤਾਂ ਕਿ ਨੈਕਸਟ ਵੀਡੀਓ 'ਚ ਤੁਹਾਨੂੰ ਮਿਲਦੇ ਰਹੀ। ਬਹੁਤ ਸ਼ੁਕਰੀਆ।